ਆ ਪਿੱਛੇ ਬੱਸਾਂ ਆ ਰਹੀਆਂ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਹੁਣ ਜਾਵਾਂਗੇ ਡੇਰਾ ਬਾਬਾ ਨਾਨਕ। ਸੋ ਪਹੁੰਚ ਗਿਆ ਜੀ ਡੇਰਾ ਬਾਬਾ ਨਾਨਕ ਦੀ ਪਾਵਨ ਧਰਤੀ 'ਤੇ ਅਤੇ ਹੁਣ ਇੱਥੋਂ ਸਿਵਲ ਹਸਪਤਾਲ ਜਾਣਾ ਅਤੇ ਸਿਵਲ ਹਸਪਤਾਲ ਜਾ ਕੇ ਆਪਣਾ ਜੋ ਟੈਸਟ ਹੈ ਕਰੋਨਾ ਉਹ ਕਰਾਵਾਂਗੇ। ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਚੱਲਾਂਗੇ। ਅੰਮ੍ਰਿਤਸਰ ਤੋਂ 60 ਕਿਲੋਮੀਟਰ ਹੈ ਪਰ ਬੱਸਾਂ ਨੇ 2.5 ਘੰਟੇ ਲਾ ਦੇ, ਆਟੋ ਤੋਂ ਘਟੀਆ ਸਰਵਿਸ ਹੈ ਬੱਸਾਂ ਲਿਆ ਦੀ। ਜਿੱਥੇ ਸਵਾਰੀ ਦੇਖੀ ਚੱਲ ਬ੍ਰੇਕ, ਜਿੱਥੇ ਸਵਾਰੀ ਦੇਖੀ ਚੱਲ ਬ੍ਰੇਕ, ਮਤਲਬ 7 ਵਜੇ ਚੱਲੇ ਅਸੀਂ, 9:30 ਹੋ ਗਏ, ਆਟੋ ਬੱਸ 'ਤੇ ਆਉਂਦੇ ਹੋਣਗੇ। ਅਸੀਂ ਹੈਗੇ ਹਾਂ ਜੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ। ਇੱਥੇ ਹੁਣ ਅਸੀਂ ਕਰੋਨਾ ਚੈੱਕ ਕਰਾਇਆ, ਕਰੋਨਾ ਦੀ ਰਿਪੋਰਟ ਵੀਰੇ ਕਿੰਨੇ ਕੁ ਟਾਈਮ ਤੱਕ ਮਿਲ ਜਾਂਦੀ ਹੈ? 5 ਮਿੰਟ ਵਿੱਚ ਕਰੋਨਾ ਦੀ ਰਿਪੋਰਟ ਇੱਥੇ ਮਿਲ ਜਾਏਗੀ। ਸੋ ਸਿਵਲ ਹਸਪਤਾਲ ਵਿੱਚ ਸਾਡਾ ਹੋ ਗਿਆ ਜੀ ਕਰੋਨਾ ਚੈੱਕ ਅਤੇ 5-10 ਮਿੰਟ 'ਚ ਰਿਪੋਰਟ ਮਿਲ ਜਾਂਦੀ ਹੈ। ਕਰੋਨਾ ਦਾ ਚੈੱਕਅਪ ਕਰਾਇਆ, 1 ਰੁਪਿਆ ਨਹੀਂ ਲੱਗਿਆ, ਬਿਲਕੁਲ ਫਰੀ ਆਫ ਕੋਸਟ ਕਰੋਨਾ ਦਾ ਚੈੱਕਅਪ ਹੋਇਆ। ਇਹ ਪਰਚੀ ਉਹਨਾਂ ਨੇ ਕੱਢਤੀ ਹੈ ਜੀ। ਸੋ ਇਹ ਰਸਤਾ ਜਾ ਰਿਹਾ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ, ਆਹ ਸਾਹਮਣੇ ਲਿਖਿਆ ਹੋਇਆ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਦੂਰੀ 2.5 ਕਿਲੋਮੀਟਰ ਹੈ। ਸੋ ਅਸੀਂ ਆ ਚੁੱਕੇ ਹਾਂ ਜੀ ਡੇਰਾ ਬਾਬਾ ਨਾਨਕ, ਜੋ ਕਰਤਾਰਪੁਰ ਸਾਹਿਬ ਦਾ ਲੰਘ ਹੈ ਉਹ ਸਾਹਮਣੇ, ਅਤੇ ਤੁਸੀਂ ਦੇਖੋ ਕੋਰੀਡੋਰ ਨਜ਼ਰ ਆ ਰਿਹਾ ਹੈ। ਜਿਵੇਂ ਜਿਵੇਂ ਮੈਂ ਨਜ਼ਦੀਕ ਜਾ ਰਿਹਾ ਕੋਰੀਡੋਰ ਦੇ, ਮਨ 'ਚ ਨਾ ਐਕਸਾਈਟਮੈਂਟ ਵੱਧ ਰਹੀ ਹੈ। ਅੱਜ ਪਾਕਿਸਤਾਨ ਦਾ ਵੀ ਆਜ਼ਾਦੀ ਦਿਵਸ ਹੈ, ਕੱਲ੍ਹ 15 ਅਗਸਤ, ਭਾਰਤ ਦਾ ਆਜ਼ਾਦੀ ਦਿਵਸ ਹੈ, ਅੱਜ ਹੈਗੀ 14 ਅਗਸਤ। ਪੁਲਿਸ ਚੌਂਕ ਚੈੱਕਅਪ ਪੋਸਟ ਹੈ, ਇਸ ਤੋਂ ਇਹ ਸੱਜੇ ਪਾਸੇ ਇੱਕ ਰਸਤਾ ਜਾਂਦਾ ਜਿੱਥੋਂ ਤੁਸੀਂ ਦੂਰਬੀਨ ਨਾਲ ਦਰਸ਼ਨ ਕਰ ਸਕਦੇ ਹੋ। ਅਤੇ ਇਹ ਸਾਹਮਣੇ ਆ ਗਿਆ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ। ਜੇ ਇੱਥੋਂ ਗੱਲ ਕਰੀਏ ਤਾਂ ਕਰਤਾਰਪੁਰ ਸਾਹਿਬ ਦੀ ਦੂਰੀ 5 ਕਿਲੋਮੀਟਰ ਹੈ। ਉਹ ਪੁਲਿਸ ਚੈਕਿੰਗ ਕਿੱਥੇ ਹੁੰਦੀ ਹੈ ਜੀ? ਜਿੱਥੇ ਇਹਨਾਂ ਨੇ ਮੇਰਾ ਪਾਸਪੋਰਟ ਚੈੱਕ ਕੀਤਾ, ਮੇਰਾ ETA, ਜੋ ETA ਦਾ ਕਾਗਜ਼ ਬਹੁਤ ਜ਼ਰੂਰੀ ਹੈ, ਕਰੋਨਾ ਦੀ ਰਿਪੋਰਟ ਬਹੁਤ ਜ਼ਰੂਰੀ ਹੈ। ETA ਦੇ ਫੋਰਮ ਤੋਂ ਬਿਨਾਂ, ਕਰੋਨਾ ਦੇ ਫੋਰਮ ਤੋਂ ਬਿਨਾਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਗੇ। ਜੋ 3 ਚੀਜ਼ਾਂ ਹਨ ਪ੍ਰਮੁੱਖ, 1 ਤੁਹਾਡਾ ਪਾਸਪੋਰਟ, 1 ETA ਦਾ ਫਾਰਮ, 3 ਕਰੋਨਾ ਦੀ ਰਿਪੋਰਟ। ਇਹ 3 ਚੀਜ਼ਾਂ ਤੋਂ ਬਿਨਾਂ ਐਂਟਰੀ ਨਹੀਂ ਹੈ। ਅਤੇ ਉਹ ਸਾਹਮਣੇ ਸਾਡੇ ਭਾਰਤ ਦੀ ਜੋ ਇੰਬੈਸੀ ਕਹਿ ਲਓ, ਕੋਰੀਡੋਰ ਕਹਿ ਲਓ, ਆ ਗਿਆ। ਇੱਥੋਂ ਹੁਣ ਸਾਡੀ ਜਿਵੇਂ ਚੈਕਿੰਗ ਹੋਏਗੀ, ਉਸ ਤੋਂ ਬਾਅਦ ਸਾਨੂੰ ਅੰਦਰ ਜਾਣ ਦੇਣਗੇ। ਬਹੁਤ ਹੀ ਸੁੰਦਰ ਅਤੇ ਪਿਆਰਾ ਕੋਰੀਡੋਰ ਬਣਿਆ ਹੋਇਆ ਹੈ। ਖੁੱਲ੍ਹੀ ਗੱਡੀਆਂ ਦੀ ਕਾਰ ਪਾਰਕਿੰਗ ਹੈ। ਉਹ ਸਾਹਮਣੇ ਵੀ ਸੰਗਤਾਂ ਆ ਰਹੀਆਂ ਹਨ, ਕਾਫੀ ਸੰਗਤਾਂ ਹਨ ਇੱਥੇ। ਇਹ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਦੀ ਪ੍ਰਥਾ, ਬਿਨਾਂ ਭੇਦਭਾਵ ਤੋਂ ਲੰਗਰ। ਇੰਬੈਸੀ ਦੇ ਖੱਬੇ ਪਾਸੇ ਜੇ ਦੇਖੀਏ ਤਾਂ ਵੇਟਿੰਗ ਏਰੀਆ ਹੈ ਅਤੇ ਰੈਸਟ ਰੂਮ ਵਗੈਰਾ ਬਣੇ ਹੋਏ ਹਨ। ਸੱਜੇ ਪਾਸੇ ਕੰਟੀਨ ਹੈ ਜਿੱਦਾਂ ਤੁਸੀਂ ਕੁਝ ਖਾ ਪੀ ਵੀ ਸਕਦੇ ਹੋ। ATM ਇਹ ਰਸਦ ਦਾ ਕਾਊਂਟਰ ਹੈ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਰਸਦ। ਜੇ ਤੁਸੀਂ ਕੋਈ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਧਰੋਂ ਰਸਦ ਲੈ ਕੇ ਜਾ ਸਕਦੇ ਹੋ। ਸੰਗਤ ਇੱਥੋਂ ਲੰਗਰ ਲਈ ਰਸਦ ਵੀ ਲੈ ਕੇ ਜਾਂਦੀ ਹੈ, ਰੁਮਾਲਾ ਸਾਹਿਬ ਲੈ ਕੇ ਜਾਂਦੀ ਹੈ। ਇੱਥੇ ਇੱਕ ਸ਼ੋਪ ਬਣੀ ਹੋਈ ਹੈ, ਅੰਦਰ ਪਤਾ ਨਹੀਂ ਵੀਡੀਓ ਬਣਾਉਣ ਦੇਣਗੇ ਕਿ ਨਹੀਂ ਬਣਾਉਣ ਦੇਣਗੇ। ਸੋ ਆਪਾਂ ਅੰਦਰ ਜਾਂਦੇ ਹਾਂ, ਜੋ ਪ੍ਰੋਸੈਸ ਆ ਸਮਝਦੇ ਹਾਂ। ਬੈਗ ਮੈਂ ਆਪਣਾ 1 ਗੱਠੜੀ ਕਰ ਇੱਥੇ ਲੋਕਰ ਰੂਮ ਜਮ੍ਹਾਂ ਕਰਾ ਦਿੱਤਾ। ਇੱਥੇ ਨਾ ਪੱਥਰਾਂ ਉੱਪਰ ਜਪਜੀ ਸਾਹਿਬ ਜੀ ਦੀ ਬਾਣੀ ਲਿਖੀ ਹੈ, ਅੱਧੀ ਦੂਜੇ ਪਾਸੇ, ਅੱਧੀ ਇਸ ਪਾਸੇ, ਨਾਲ ਹਿੰਦੀ ਅਤੇ ਇੰਗਲਿਸ਼ ਮੀਨਿੰਗ ਵੀ ਲਿਖੇ ਹੈ। ਚਲੋ ਇਹਨਾਂ ਨੇ ਸਫਾਈ ਵਧੀਆ ਰੱਖੀ ਹੋਈ ਹੈ, ਵੈਸੇ ਮੈਨੂੰ ਲੱਗਦਾ ਗੁਰਬਾਣੀ ਐਵੇਂ ਲਿਖਣੀ ਨਹੀਂ ਚਾਹੀਦੀ। ਕੋਰੀਡੋਰ ਦੀ ਐਂਟਰੀ ਵੇਲੇ ਸਾਡਾ ਪਾਸਪੋਰਟ ਅਤੇ ਸਾਡਾ ATA ਚੈੱਕ ਕੀਤਾ ਗਿਆ। ਆਹ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਾਸਪੋਰਟ ਦੇ ਉੱਪਰ ਤਾਂ ਕੋਈ ਮੋਹਰ ਨਹੀਂ ਲੱਗੀ,
ਇੱਥੇ ਇੱਕ ਮੋਹਰ ਲੱਗਦੀ ਹੈ, ਜਿਹੜਾ ETA ਫੋਰਮ ਅਸੀਂ ਲੈ ਕੇ ਆਏ ਸੀ ਉੱਥੇ ਜ਼ਰੂਰ ਮੋਹਰ ਲੱਗਦੀ ਹੈ। ਇਹ ਕੁਝ ਹਦਾਇਤਾਂ ਨੇ ਕਿ ਤੁਸੀਂ ਪਾਕਿਸਤਾਨ ਤੋਂ ਆ ਚੀਜ਼ਾਂ ਨਾ ਲੈ ਕੇ ਆਓ। ਇੰਬੈਸੀ ਦੀ ਸ਼ੁਰੂਆਤ ਵਿੱਚ ਪੋਲੀਓ ਦਾ ਕਾਊਂਟਰ ਹੈ, ਇੱਥੇ ਪੋਲੀਓ ਦੀਆਂ ਬੂੰਦਾਂ ਪਿਆਉਣਗੇ ਅਤੇ ਤੁਹਾਡੀ ਕਰੋਨਾ ਰਿਪੋਰਟ ਚੈੱਕ ਕਰਨਗੇ। ਆ ਪਿੱਛੇ ਤੁਸੀਂ ਦੇਖ ਸਕਦੇ ਹੋ ਯੋਧੇ ਹਰੀ ਸਿੰਘ ਨਲੂਏ ਜੀ ਦੀ ਕਿ ਇੱਥੇ ਬਣੀ ਹੋਈ ਹੈ ਪ੍ਰਤਿਮਾ, ਬਹੁਤ ਸੋਹਣੀ। ਜਿਹੜੀ ਇੰਬੈਸੀ ਵਿੱਚ ਸਾਡੀਆਂ ਜੋ ਫੋਰਮੈਲਿਟੀਜ਼ ਸੀ ਹੋ ਗਈਆਂ, ਇਹਨਾਂ ਨੇ ਸਾਡਾ ਪਾਸਪੋਰਟ ਚੈੱਕ ਕੀਤਾ, ਤੋ ਜੋ ਫੋਰਮ ਸੀ ਸਮਾਨ ਚੈੱਕ ਕੀਤਾ, ਅਸੀਂ ਕੀ ਲੈ ਕੇ ਜਾ ਰਹੇ ਹਾਂ, ਕਿੰਨੀ ਕਰੰਸੀ ਲੈ ਕੇ ਜਾ ਰਹੇ ਹਾਂ। ਕਰਤਾਰਪੁਰ ਸਾਹਿਬ ਜਾਣ ਵੇਲੇ 7 ਕਿਲੋ ਤੋਂ ਵੱਧ ਭਾਰ ਨਹੀਂ ਹੋਣਾ ਚਾਹੀਦਾ ਅਤੇ 10-11 ਹਜ਼ਾਰ ਦੀ ਵੱਧ ਉਸ ਤੋਂ ਕਰੰਸੀ ਨਹੀਂ ਹੋਣੀ ਚਾਹੀਦੀ, $20 ਅਲੱਗ। ਇਹ ਆਪਣੀ ਭਾਰਤ ਦੇ ਕੋਰੀਡੋਰ ਹੈ ਜੀ, ਇਹ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੀਆਂ ਤਸਵੀਰਾਂ ਬਣੀਆਂ ਹੋਈਆਂ ਹਨ, ਬਹੁਤ ਹੀ ਪਿਆਰਾ ਕੋਰੀਡੋਰ ਬਣਾਇਆ ਹੋਇਆ ਹੈ। ਇਹ ਸਾਡੇ ਜੋ ਭਾਰਤ ਦੇਸ਼ ਦੀ ਇੰਬੈਸੀ ਹੈ ਜੀ, ਇਹ ਕਾਰ ਪਾਰਕਿੰਗ। ਇਸ ਟਾਈਮ ਆਪਾਂ ਹੈਗੇ ਹਾਂ ਇਸ ਇੰਬੈਸੀ ਦੇ ਅੰਦਰ, ਇਹ ਜੋ ਤੁਸੀਂ ਦੇਖ ਰਹੇ ਹੋ ਛੱਤ ਜੀ, ਆਪਾਂ ਬਿਲਕੁਲ ਹੀ ਦੇ ਅੰਦਰ ਹਾਂ। ਹੁਣ ਆਪਾਂ ਪਿੱਛੇ ਜਾਵਾਂਗੇ ਜੋ ਕਿ 0 ਲਾਈਨ ਹੈ। ਇੱਥੇ ਸਖਤੀ ਹੈ ਕਿ ਪਾਕਿਸਤਾਨੀ ਕਰੰਸੀ ਤੁਸੀਂ ਵਾਪਸ ਨਾਲ ਨਹੀਂ ਲੈ ਕੇ ਆ ਸਕਦੇ, ਭਾਰਤ ਵਿੱਚ ਉਹ ਕਰੰਸੀ ਬੈਨ ਹੈ। ਅਸੀਂ ਜੋ ਫੋਰਮੈਲਿਟੀ ਸੀ ਉਹ ਪੂਰੀਆਂ ਕਰਕੇ ਆ ਚੁੱਕੇ ਹਾਂ। ਆ ਸਾਡੇ ਪਿੱਛੇ ਗੱਡੀਆਂ ਖੜੀਆਂ ਨੇ ਜਿਨ੍ਹਾਂ 'ਚ ਅਸੀਂ 0 ਲਾਈਨ ਤੱਕ ਜਾਵਾਂਗੇ। ਹੁਣ ਵੇਟ ਹੋ ਰਹੀ ਹੈ ਹੋਰ ਸਵਾਰੀਆਂ ਦੀ, ਜੋ ਸੰਗਤ ਹੋਰ ਆਏਗੀ, ਕਿਉਂਕਿ ਹਜੇ ਮੈਂ ਇਕੱਲਾ ਹੀ ਹਾਂ, ਅੱਜ ਸੰਗਤ ਥੋੜ੍ਹੀ ਜਿਹੀ ਘੱਟ ਹੈ। ਅੰਦਰ ਬੰਦੇ ਤਾਂ ਨਜ਼ਰ ਆਏ ਸੀ ਮੈਨੂੰ 10-12, ਪਰ ਹਜੇ ਤੱਕ ਬਾਹਰ ਕੋਈ ਨਹੀਂ ਆਇਆ, ਤਾਂ ਮੈਨੂੰ ਲੱਗਦਾ ਮੈਂ ਇਕੱਲੇ ਹੀ ਆ ਗਿਆ ਪਹਿਲੇ, ਅਤੇ ਉਹਨਾਂ ਦੀ ਵੇਟ ਹੋ ਰਹੀ ਹੈ। ਬੈਠੋ ਜੀ, ਬੈਠੋ। ਆ ਸਾਡੇ ਵੀਰ ਜੀ ਸਾਨੂੰ ਲੈ ਕੇ ਜਾਣਗੇ 0 ਲਾਈਨ ਤੱਕ। ਆਪਣਾ ਸ਼ੁਭ ਨਾਮ ਮਨਿੰਦਰ ਸਿੰਘ, ਮਨਿੰਦਰ ਸਿੰਘ ਜੀ ਜੋ ਸਾਨੂੰ ਛੱਡਣਗੇ ਪਾਕਿਸਤਾਨ ਦੀ 0 ਲਾਈਨ ਤੱਕ, ਉਸ ਤੋਂ ਬਾਅਦ ਅਸੀਂ ਪਾਕਿਸਤਾਨ ਇੰਟਰ ਹੋਵਾਂਗੇ। ਸੋ ਕਰਦੇ ਹਾਂ ਜੈਕਾਰਾ ਲਗਾ ਕੇ ਆਪਣੇ ਸਫ਼ਰ ਦੀ ਸ਼ੁਰੂਆਤ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਪਹਿਲੀ ਵਾਰ ਜਾ ਰਹੇ ਹਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ, ਅਤੇ ਗੁਰੂ ਸਾਹਿਬ ਅੰਗ ਸੰਗ ਸਹਾਈ ਹੋਣ ਜੀ, ਜਿਹੜੀਆਂ ਵੀ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਸਭ ਦੀ ਯਾਤਰਾ ਸਫਲ ਹੋਵੇ, ਅਤੇ ਜਿਹੜੇ ਵੀਡੀਓ ਦੇਖ ਰਹੇ ਹਨ ਸਾਰੀ ਸੰਗਤ ਉਹਨਾਂ ਦੀ ਵੀ ਹਾਜ਼ਰੀ ਗੁਰੂ ਸਾਹਿਬ ਪ੍ਰਵਾਨ ਕਰਨ। ਕਿੱਥੋਂ ਆਈਆਂ ਸੰਗਤਾਂ ਜੀ? ਇਹ ਸੰਗਤਾਂ ਬਟਾਲਾ ਤੋਂ ਨਾਲ ਨੇ, ਬਟਾਲਾ ਸ਼ਹਿਰ ਤੋਂ, ਅਤੇ ਹੁਣ ਅਸੀਂ ਚੱਲੇ ਹਾਂ ਅੱਗੇ 0 ਲਾਈਨ ਵੱਲ। ਅਤੇ ਭਾਜੀ ਇੱਧਰੋਂ ਕਿੰਨਾ ਦੂਰ ਹੈ ਵੈਸੇ? ਆ ਬੱਸ ਦੇਖੋ ਜੀ 100 ਮੀਟਰ ਦੇ ਕਰੀਬ ਹੈਗਾ, ਅਤੇ ਪੈਦਲ ਅਲਾਊਡ ਨਹੀਂ ਸੀ, ਕਹਿੰਦੇ ਰਿਕਸ਼ਾ 'ਤੇ ਜਾਣਾ ਪਊਗਾ, ਅਤੇ ਅਸੀਂ ਪਹੁੰਚ ਚੁੱਕੇ ਹਾਂ 0 ਲਾਈਨ 'ਤੇ। ਸੋ ਹੁਣ ਮੈਂ ਆਪਣੀ ਫੀਲਿੰਗਸ ਐਕਸਪ੍ਰੈਸ ਨਹੀਂ ਕਰ ਸਕਦਾ, ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਇੰਡੀਆ ਹੈ ਅਤੇ ਪਿੱਛੇ ਹੈ ਪਾਕਿਸਤਾਨ, ਜਿੱਥੇ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਪਹਿਲੀ ਵਾਰ ਪਾਕਿਸਤਾਨ ਦਰਸ਼ਨ ਹੋ ਰਹੇ ਨੇ, ਮੈਂ ਉਸ ਫੀਲਿੰਗਸ ਨੂੰ ਬਿਆਨ ਨਹੀਂ ਕਰ ਸਕਦਾ। ਜਿਹੜੀ ਤੁਸੀਂ ਪਿੱਛੇ ਦੇਖ ਰਹੇ ਹੋ ਅਮੀਨ ਪੱਥਰ ਹੈ, ਆ 0 ਲਾਈਨ ਹੈ, ਸਾਹਮਣੇ ਹੈ ਪਾਕਿਸਤਾਨ ਦਾ ਗੇਟ, ਅਤੇ ਅਸੀਂ ਐਂਟਰ ਹੋ ਗਏ ਪਾਕਿਸਤਾਨ ਦੇ ਵਿੱਚ। ਹੁਣ ਅਸੀਂ ਹਾਂ ਓਫੀਸ਼ਲੀ ਪਾਕਿਸਤਾਨ, ਭਾਰਤ ਪਿੱਛੇ ਰਹਿ ਗਿਆ। ਪਾਕਿਸਤਾਨ ਦੀ ਜਦੋਂ ਐਂਟਰੀ ਹੋਈ ਤਾਂ ਫੌਜੀ ਵੀਰਾਂ ਵੱਲੋਂ ਅਤੇ ਪਾਕਿਸਤਾਨ ਦੇ ਇੱਕ ਅਫਸਰ ਖੜ੍ਹੇ ਹਨ, ਇਹਨਾਂ ਵੱਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ। ਸੋ ਪਾਕਿਸਤਾਨ ਦੀ ਧਰਤੀ 'ਤੇ ਇੱਥੇ ਦੇ ਕੁਲੈਕਟਰ ਸਾਹਿਬ ਨੇ ਸ਼ਹਿਰ ਕਹਿੰਦੇ, ਤੋ ਉਹ ਸਾਹਮਣੇ ਪਿੱਛੇ ਇੰਡੀਆ ਰਹਿ ਗਿਆ ਜੀ, ਅਤੇ ਆਪਾਂ ਐਂਟਰ ਹੋ ਚੁੱਕੇ ਹਾਂ ਪਾਕਿਸਤਾਨ ਵਿੱਚ। ਇਹ ਗੱਡੀ ਤਿਆਰ ਹੈ ਸਾਡੀ ਜਾਣ ਲਈ, ਅਤੇ ਪਾਕਿਸਤਾਨ ਦੇ ਜੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੈਲਕਮ ਕੀਤਾ ਜਾ ਰਿਹਾ ਜੀ ਸਿੱਖ ਸੰਗਤਾਂ ਦਾ। ਸੋ ਸੰਗਤਾਂ ਹੁਮ ਹੁਮ ਆ ਕੇ ਪਹੁੰਚੀਆਂ ਨੇ ਜੀ। ਆ ਸਾਡੇ ਵੀਰ ਨੇ, ਇਹ ਜਲੰਧਰ ਤੋਂ ਆਏ ਨੇ ਪਾਕਿਸਤਾਨ ਵਿੱਚ ਜੀ, ਪਹਿਲੀ ਵਾਰ ਚੱਲੇ ਦਰਸ਼ਨਾਂ ਲਈ। ਇਹ ਸੰਗਤਾਂ ਵੀ ਪਹਿਲੀ ਵਾਰ ਜਾ ਰਹੀਆਂ ਨੇ, ਅਤੇ ਬਟਾਲੇ ਵਾਲੀ ਸੰਗਤ
ਜਿਨ੍ਹਾਂ ਨਾਲ ਅਸੀਂ ਸਫ਼ਰ ਕਰ ਰਹੇ ਹਾਂ। ਅਤੇ ਤੁਸੀਂ ਸੰਗਤ ਤੋਂ ਪਹਿਲੀ ਵਾਰ ਜੀ? ਇਹ ਸੰਗਤ ਵੀ ਪਹਿਲੀ ਵਾਰ ਅਤੇ ਮੈਂ ਵੀ ਪਹਿਲੀ ਵਾਰ। ਅੱਛਾ ਜੀ, ਇਹ ਅਮੈਰੀਕਾ ਤੋਂ ਆਏ ਜੀ ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਸੋ ਅਸੀਂ ਪਾਕਿਸਤਾਨ ਦੀ ਜੋ ਹੁਣ ਵਹੀਕਲ ਹੈ ਸਾਨੂੰ ਅੱਗੇ ਪਾਕਿਸਤਾਨੀ ਇੰਬੈਸੀ ਤੱਕ ਲੈ ਕੇ ਜਾਣਗੇ, ਜਿਸਦੀ ਤਕਰੀਬਨ ਦੂਰੀ 200-250 ਮੀਟਰ ਹੈ। ਅਤੇ ਆਪਾਂ ਭਾਈ ਸਾਹਿਬ, ਭਾਈ ਆਪਣਾ ਨਾਮ ਦੱਸੋ ਜੀ। ਮੁਹੰਮਦ ਸਲਾਨ। ਇਹ ਸਾਨੂੰ ਹੁਣ ਅੱਗੇ ਲੈ ਕੇ ਜਾ ਰਹੇ ਨੇ ਪਾਕਿਸਤਾਨ ਆਉਣ ਵਾਲੀ ਸੰਗਤ ਨੂੰ, ਜੀ ਆਇਆਂ ਨੂੰ ਆਖ ਰਿਹਾ ਵੈਲਕਮ ਟੂ ਪਾਕਿਸਤਾਨ। ਅਤੇ ਇਸੇ ਗੱਲ 'ਤੇ ਇੱਕ ਜੈਕਾਰਾ ਇੱਥੇ ਵੀ ਬਣਦਾ ਹੈ, ਬੋਲੇ ਸੋ ਨਿਹਾਲ। ਬਹੁਤ ਹੀ ਪਿਆਰੇ ਰਸਤੇ, ਉਹ ਸਾਹਮਣੇ ਪਾਕਿਸਤਾਨ ਦਾ ਨੈਸ਼ਨਲ ਫਲੈਗ ਜੋ ਸਾਹਮਣੇ ਦੇਖ ਸਕਦੇ ਹਾਂ, ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੀ ਇੰਬੈਸੀ ਸਾਹਮਣੇ ਨਜ਼ਰ ਆ ਰਹੀ ਹੈ। ਸੋ ਹੁਣ ਜੋ ਅਸੀਂ $20 ਫੀਸ ਹੈ ਇੱਥੇ ਹੀ ਜਮ੍ਹਾਂ ਕਰਾਉਣੀ ਹੈ, ਅਤੇ ਜੇ ਤੁਸੀਂ ਸ਼ੋਪਿੰਗ ਕਰਨੀ ਹੈ ਜਾਂ ਕੁਛ ਹੈ, ਤੁਸੀਂ ਪਾਕਿਸਤਾਨੀ ਕਰੰਸੀ ਵੀ ਇੱਥੋਂ ਲੈ ਸਕਦੇ ਹੋ। ਇਹ ਜਦੋਂ $20 ਫੀਸ ਜਮ੍ਹਾਂ ਕਰਾਉਂਦੇ ਹਾਂ ਜੀ, ਪਾਸਪੋਰਟ ਨੰਬਰ ਵੀ ਨੋਟ ਕਰਦੇ ਹਾਂ, ਇੱਕ ਦਸਤਾਵੇਜ਼ ਲੈਂਦੇ ਕਿ ਜਿਸ ਤੋਂ ਤੁਸੀਂ $20 ਫੀਸ ਲਈ ਹੈ, ਕਰੰਸੀ ਚੇਂਜ ਕਰਵਾ ਸਕਦੇ ਹੋ। ਇਹ ਹੈ ਨੈਸ਼ਨਲ ਬੈਂਕ ਆਫ ਪਾਕਿਸਤਾਨ ਜਿੱਥੇ $20 ਫੀਸ ਜਮ੍ਹਾਂ ਹੋਏਗੀ ਜੀ। ਪਾਕਿਸਤਾਨ ਮੁਹੰਮਦ ਜਿਨਾਹ ਦੀ ਤਸਵੀਰ ਅਤੇ ਡੋਲਰ ਅਸੀਂ ਕਰਾ ਲਏ ਆਪਾਂ ਐਕਸਚੇਂਜ, ਅਤੇ ਸਾਹਮਣੇ ਇੰਬੈਸੀ ਹੈ। ਅਸੀਂ ਆ ਚੁੱਕੇ ਹਾਂ ਪਾਕਿਸਤਾਨ ਦੀ ਇੰਬੈਸੀ ਦੇ ਵਿੱਚ। ਇਹ ਤੁਸੀਂ ਪਿੱਛੇ ਦੇਖ ਰਹੇ ਹੋ ਪਾਕਿਸਤਾਨ ਦੀ ਇੰਬੈਸੀ, ਅਤੇ ਇਹ ਜੇ ਇਸ ਪਾਸੇ ਦੇਖੀਏ ਤਾਂ ਬੈਂਕਸ ਹਨ। ਅਤੇ ਜੋ $20 ਫੀਸ ਹੈ ਇੱਥੇ ਹੀ ਜਮ੍ਹਾਂ ਹੋਈ ਹੈ, ਉਹ $20 ਦੀ ਫੀਸ ਲੈ ਕੇ ਸਾਨੂੰ ਇਹ ਰਸੀਦ ਮਿਲੀ ਹੈ, ਅਤੇ ਇਸੇ ਰਸੀਦ ਦੇ ਉੱਪਰ ਹੀ ਜੋ ਪਾਕਿਸਤਾਨ ਦੀ ਮੋਹਰ ਲੱਗੇਗੀ। ਪਾਸਪੋਰਟ ਉੱਪਰ ਨਾ ਤਾਂ ਭਾਰਤ ਵੱਲੋਂ ਕੋਈ ਮੋਹਰ ਲੱਗਦੀ ਹੈ, ਨਾ ਪਾਕਿਸਤਾਨ ਵੱਲੋਂ ਕੋਈ ਮੋਹਰ ਲੱਗਦੀ ਹੈ। ਅਤੇ ਪਿੱਛੇ ਬਹੁਤ ਸੁੰਦਰ ਇੰਬੈਸੀ ਦੀ ਇਮਾਰਤ ਹੈ, ਹਿਸਟੋਰੀਕਲ, ਅਤੇ ਪਾਕਿਸਤਾਨ ਜੋ ਨੈਸ਼ਨਲ ਫਲੈਗ ਹੈ ਪਿੱਛੇ ਝੂਲਦਾ ਪਿਆ ਹੈ। ਅੱਜ ਹੈ 14 ਅਗਸਤ, ਅਤੇ ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਵੀ ਹੈ ਪਾਕਿਸਤਾਨ ਦੀ ਇੰਬੈਸੀ ਦੇ ਵਿੱਚ। ਸੋ ਜਿਵੇਂ ਇੰਡੀਆ ਦੀ ਇੰਬੈਸੀ ਵਿੱਚ ਸਾਡੀ ETA ਦੇ ਉੱਪਰ ਸਟੈਂਪ ਲੱਗੀ ਸੀ, ਪਾਕਿਸਤਾਨ ਦੀ ਇੰਬੈਸੀ ਵਿੱਚ ਸਾਡੀ ਜੋ $20 ਫੀਸ ਜਮ੍ਹਾਂ ਕਰਾਈ ਹੈ ਉਸ ਪਰਚੀ ਉੱਪਰ ਸਟੈਂਪ ਲੱਗਦੀ ਹੈ। ਪਾਸਪੋਰਟ ਉੱਪਰ ਕਿਸੇ ਤਰ੍ਹਾਂ ਦੀ ਸਟੈਂਪ ਨਹੀਂ ਲੱਗਦੀ, ਅਤੇ ਜੇ ਲੱਗਦੀ ਵੀ ਹੋਵੇ ਤਾਂ ਤੁਸੀਂ ਕਿਸੇ ਵੀ ਕੰਟਰੀ ਦੀ ਸੈਰ ਕਰ ਸਕਦੇ ਹੋ। ਇੱਕ ਵਹਿਮ ਹੈ ਕਿ ਜੇ ਪਾਸਪੋਰਟ 'ਤੇ ਸਟੈਂਪ ਲੱਗ ਜਾਈ ਤੁਸੀਂ ਕਿਸੇ ਦੂਜੀ ਕੰਟਰੀ ਦਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਸੋ ਬਹੁਤ ਅੱਛਾ ਬਿਹੇਵੀਅਰ ਹੈ ਹੁਣ ਤੱਕ। 10 ਵੱਜ ਚੁੱਕੇ ਹੈ, ਹੁਣ ਆਪਾਂ ਚੱਲਾਂਗੇ ਅੰਦਰ ਪਾਕਿਸਤਾਨ, ਅਤੇ ਇੱਥੇ ਹੋਰ ਸੰਗਤਾਂ ਵੀ ਆ ਰਹੀਆਂ ਨੇ, ਅਤੇ ਇਹ ਪਾਕਿਸਤਾਨ ਦੀ ਇੰਬੈਸੀ ਵਿੱਚ ਸਾਡਾ ਪਹਿਲਾ ਕਦਮ, ਅਤੇ ਹੁਣ ਅਸੀਂ ਜਾਵਾਂਗੇ ਪਾਕਿਸਤਾਨ। ਇਹ ਮਿਲ ਗਿਆ ਜੀ ਸਾਨੂੰ ਪੀਲਾ ਕਾਰਡ ਪਾਕਿਸਤਾਨ ਇੰਬੈਸੀ ਵਿੱਚ। ਤੁਹਾਨੂੰ ਆਪਣਾ ਪਾਸਪੋਰਟ ਦਿਖਾ ਕੇ ਇਹ ਪੀਲਾ ਕਾਰਡ ਮਿਲੂਗਾ, ਇਹ ਪਾ ਕੇ ਅਸੀਂ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਵਾਂਗੇ, ਅਤੇ ਇਸ ਨੂੰ ਪਾ ਕੇ ਰੱਖਣਾ ਲਾਜ਼ਮੀ ਹੁੰਦਾ ਹੈ। ਸੋ ਅਸੀਂ ਆ ਗਏ ਹਾਂ ਜੀ ਪਾਕਿਸਤਾਨ ਦੀ ਇੰਬੈਸੀ ਤੋਂ ਬਾਹਰ, ਅਤੇ ਉਹ ਸਾਹਮਣੇ ਬੱਸਿਸ ਖੜੀਆਂ ਨੇ ਜੋ ਸਾਨੂੰ ਕਰਤਾਰਪੁਰ ਸਾਹਿਬ ਲੈ ਕੇ ਜਾਣਗੀਆਂ ਗੁਰਦੁਆਰਾ ਸਾਹਿਬ ਵਿਖੇ। ਇੱਥੋਂ ਤਕਰੀਬਨ 4-4.5 ਕਿਲੋਮੀਟਰ ਦੀ ਦੂਰੀ ਹੈ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ। ਸਾਹਮਣੇ ਪਾਕਿਸਤਾਨ ਦੀ ਇੰਬੈਸੀ ਅਤੇ ਬੱਸ, ਅਤੇ ਇਹ ਲੈ ਕੇ ਜਾਊਗੀ ਸਾਨੂੰ ਪਾਕਿਸਤਾਨ ਕਰਤਾਰਪੁਰ ਸਾਹਿਬ। ਇਹ ਅੱਗੇ ਵੀ ਕਰਤਾਰਪੁਰ ਸਾਹਿਬ ਜੀ ਦੀ ਇੱਕ ਇਮਾਰਤ ਦੀ ਤਸਵੀਰ ਹੈ। ਅੱਜ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ, ਅਤੇ ਪਾਕਿਸਤਾਨ ਦੇ ਝੰਡੇ ਝੂਲ ਰਹੇ ਹਨ। ਅਤੇ ਸਾਡੇ ਨਾਲ ਨੇ ਅਜ਼ਹਰ ਜੀ, ਇਹ ਸਾਨੂੰ ਲੈ ਕੇ ਜਾਣਗੇ ਪਾਕਿਸਤਾਨ ਦੀ ਇੰਬੈਸੀ ਤੋਂ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ। ਭਾਅ ਜੀ ਬਹੁਤ ਧੰਨਵਾਦ ਜੀ ਤੁਹਾਡਾ, ਅਤੇ ਸਾਡੀ ਖਿਦਮਤ ਕਰਦੇ ਹੋ। ਭਾਈ ਜੋ ਰੋਜ਼ ਸੰਗਤ ਦਰਸ਼ਨ ਕਰਨ ਆ ਜਾਂਦੀ ਹੈ ਜੀ? ਸਰਦਾਰ ਜੀ ਆਏ ਨੇ ਕੋਈ 100-200 ਮਤਲਬ ਰੋਜ਼ ਐਵਰੇਜ ਇਹੀ ਰਹਿੰਦੀ ਹੈ? ਸੈਚਰਡੇ ਸੰਡੇ ਜ਼ਿਆਦਾ ਹੁੰਦੀ ਹੈ, ਠੀਕ ਹੈ, 2 ਦਿਨ ਸੁਬਾਹ। ਸੋ ਤਕਰੀਬਨ ਜੋ ਪਤਾ ਲੱਗੇ ਕਿ ਡੇਲੀ ਦੀ ਐਵਰੇਜ 100 ਤੱਕ ਰਹਿੰਦੀ ਹੈ, ਸ਼ਨੀਵਾਰ ਐਤਵਾਰ 250-300 ਦੇ ਕਰੀਬ ਸੰਗਤ ਆ ਜਾਂਦੀ ਹੈ।
ਦੇਖ ਸਕਦੇ ਹੋ ਜੀ ਪਾਕਿਸਤਾਨ 'ਚ। ਜੇਹਲਮ ਅਤੇ ਚਨਾਬ ਹੈ ਜਿਹੜੇ ਉਹ ਹੁਣ ਪਾਕਿਸਤਾਨ 'ਚ ਹੀ ਵਹਿੰਦੇ ਨੇ। ਇਹ ਰਾਵੀ ਦਰਿਆ ਦਾ ਕੁਝ ਹਿੱਸਾ ਭਾਰਤ ਵਿੱਚ ਅਤੇ ਕੁਝ ਹਿੱਸਾ ਪਾਕਿਸਤਾਨ ਵਿੱਚ। ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਪਾਕਿਸਤਾਨ। ਦੂਰ ਦੂਰ ਤੱਕ ਖੇਤੀ ਹੋਈ ਪਈ ਹੈ, ਕੁਝ ਲੋਕ ਤੇ ਡੰਗਰ ਬੱਚਾ ਨਜ਼ਰ ਆ ਰਿਹਾ। ਆ ਸਾਹਮਣੇ ਛੋਟਾ ਪਿੰਡ ਵੀ ਹੈ ਜਿੱਥੇ ਜਾਣਾ ਅਲਾਊਡ ਨਹੀਂ ਹੈ, ਤੇ ਪਾਕਿਸਤਾਨ ਦਾ ਪਹਿਲਾ ਪਿੰਡ। ਅਸੀਂ ਆ ਚੁੱਕੇ ਹਾਂ ਦਰਸ਼ਨੀ ਡਿਓੜੀ ਪਾਕਿਸਤਾਨ ਦਾ ਰਸਤਾ। ਇਹ ਹਮੇਸ਼ਾ ਜਗ੍ਹਾ ਲੋਕਾਂ ਦੀ ਵੀਡੀਓ ਵਿੱਚ ਦੇਖੀ ਸੀ, ਵੀਡੀਓ ਦੇਖ ਦੇਖ ਕੇ ਮਨ ਹੁੰਦਾ ਸੀ ਕਰਤਾਰਪੁਰ ਸਾਹਿਬ ਜਾਈਏ। ਅੱਜ ਕਰਤਾਰਪੁਰ ਸਾਹਿਬ ਆਉਣ ਦਾ ਸੁਪਨਾ ਸੱਚ ਹੋਇਆ ਹੈ। ਇਹ ਹੁਣ ਤੁਸੀਂ ਦੇਖ ਰਹੇ ਹੋ ਦਰਸ਼ਨੀ ਡਿਓੜੀ ਕਰਤਾਰਪੁਰ ਸਾਹਿਬ। ਉੱਧਰਲੇ ਪਾਸੇ ਬਾਜ਼ਾਰ ਹੈ ਜੀ ਸਾਰਾ ਪਾਕਿਸਤਾਨ ਦਾ, ਅਤੇ ਜੇ ਅਸੀਂ ਇੱਧਰਲੇ ਪਾਸੇ ਗੱਲ ਕਰੀਏ ਤਾਂ ਨਿਸ਼ਾਨ ਸਾਹਿਬ, ਬਾਬਾ ਜੀ ਦੇ ਬਾਗ ਅਤੇ ਖੇਤੀ ਸਾਹਿਬ ਹੈ। ਗੁਰਦੁਆਰਾ ਸਾਹਿਬ ਦੀ ਜੋ ਮੇਨ ਬਿਲਡਿੰਗ ਹੈ, ਬਿਲਡਿੰਗ ਦੇ ਬਿਲਕੁਲ ਸੈਂਟਰ ਮੇਂ ਹੈ, ਯਾਨੀ ਕਿ ਬਿਲਕੁਲ ਦਰਮਿਆਨ ਮੇਂ ਹੈ। ਥੋੜ੍ਹਾ ਸਾ ਅੱਗੇ ਜਾਏਂਗੇ ਗੁਰਦੁਆਰਾ ਸਾਹਿਬ ਕੇ ਦਰਸ਼ਨ ਹੋਣਗੇ। ਗੁਰਦੁਆਰਾ ਸਾਹਿਬ ਕੇ ਬਿਲਕੁਲ ਸਾਹਮਣੇ ਫਰੰਟ ਸਾਈਡ ਪੇ ਖੂਹ ਸਾਹਿਬ ਹੈ, ਆਪ ਜੀ ਖੂਹ ਸਾਹਿਬ ਕੇ ਦਰਸ਼ਨ ਕਰ ਸਕਤੇ ਹੈ। ਉਧਰ ਅੰਮ੍ਰਿਤ ਜਲ ਦਾ ਬੋਤਲ ਮੇਂ ਬੰਨ ਆਪ ਸਾਥ ਲੈ ਕੇ ਜਾ ਸਕਤੇ ਹੈ। ਅਗਰ ਆਪਣੇ ਲੰਗਰ ਹਾਲ ਜਾਣਾ ਹੋ, ਜਬ ਆਪ ਗੁਰਦੁਆਰਾ ਸਾਹਿਬ ਸੇ ਬਾਹਰ ਨਿਕਲੇਂਗੇ, ਆਪਕੀ ਲੈਫਟ ਸਾਈਡ ਪੇ ਸਾਹਮਣੇ ਇੱਕ ਬਿਲਡਿੰਗ ਹੋਗੀ, ਉਸਕੇ ਫੇਸ ਕੇ ਉੱਪਰ ਲਿਖਾ ਹੋਗਾ ਕਰਤਾਰਪੁਰ ਕਰਤਾਰ ਸੇ ਸੰਤਨ ਕੇ ਪਾਸ। ਉਸਕੀ ਬੈਕ ਸਾਈਡ ਪੇ ਲੰਗਰ ਹਾਲ ਹੈ, ਆਪ ਜੀ ਲੰਗਰ ਹਾਲ ਜਾ ਸਕਤੇ ਹੈ। ਔਰ ਲੰਗਰ ਹਾਲ ਕੀ ਬੈਕ ਸਾਈਡ ਪੇ ਮਾਰਕੀਟ ਹੈ, ਆਪ ਜੀ ਮਾਰਕੀਟ ਵੀ ਜਾ ਸਕਤੇ ਹੈ। ਜਬ ਆਪ ਲੰਗਰ ਹਾਲ ਸੇ ਬਾਹਰ ਨਿਕਲੇਂਗੇ, ਉਧਰ ਐਕਸਟਰਾ ਜੋੜੇ ਪੜੇ ਹੋਗੇ, ਆਪਨੇ ਵੋ ਪਹਿਨ ਕੇ ਇੱਕ ਛੋਟਾ ਸਾ ਟਰੈਕ ਪਿੱਛੇ ਕੀ ਤਰਫ ਮੂਵ ਕਰੇਗਾ, ਉਹ ਮਾਰਕੀਟ ਕੀ ਤਰਫ ਜਾ ਰਹਾ। ਇੱਧਰ ਅੰਦਰ ਵਾਸ਼ਰੂਮ ਦੋ ਜਗ੍ਹਾ ਪੇ, ਇਹ ਥੋੜ੍ਹਾ ਸਾ ਆਪਣੇ ਧਿਆਨ ਰੱਖਣਾ ਹੈ। ਇੱਕ ਮਾਰਕੀਟ ਮੇਂ ਵਾਸ਼ਰੂਮ ਹੈ, ਇੱਕ ਤੋਂ ਸਾਹਮਣੇ ਵਾਈਟ ਕਲਰ ਕੀ ਬਰਾਮਦਾਮਾ ਬਿਲਡਿੰਗ ਨਜ਼ਰ ਆ ਰਹੀ ਹੈ, ਬਿਲਕੁਲ ਪਾਸ ਹਾਂਜੀ, ਉਸਕੀ ਦੋਨੋਂ ਕਾਰਨਰ ਸਾਈਡ, ਯਾਨੀ ਰਾਈਟ ਐਂਡ ਲੈਫਟ ਦੋਨੋਂ ਕੋਰਨਰ ਦੇ ਉੱਪਰ ਵਾਸ਼ਰੂਮ ਹੈ, ਉੱਧਰ ਐਕਸਟਰਾ ਜੋੜੇ ਮੌਜੂਦ ਹੈ, ਆਪ ਉਹ ਯੂਜ਼ ਕਰ ਸਕਦੇ। ਇੱਧਰ ਜਗ੍ਹਾ ਜਗ੍ਹਾ ਸਾਈਨ ਬੋਰਡ ਲੱਗੇ ਹੈ, ਜੈਸੇ ਇੱਕ ਸਾਈਨ ਬੋਰਡ ਜੇ ਸਾਹਮਣੇ ਨਜ਼ਰ ਆ ਰਿਹਾ, ਇਸ ਤਰ੍ਹਾਂ ਕੇ ਸਾਈਨ ਬੋਰਡ ਜਗ੍ਹਾ ਜਗ੍ਹਾ ਲੱਗੇ ਹੈ, ਆਪ ਇਨਸੇ ਹੈਲਪ ਲੈ ਸਕਦੇ ਹੋ। ਆਪਕੇ ਸਟੇ ਕਾ ਟਾਈਮ ਲਾਸਟ ਟਾਈਮ 4 ਵਜੇ ਤੱਕ ਹੈ, ਪਾਕਿਸਤਾਨ ਕੇ 4 ਆਪਕੇ 4:30। ਅਗਰ ਆਪ ਉਸਕੇ ਪਹਿਲੇ ਜਾਣਾ ਚਾਹੇ, ਜਿਸ ਜਗ੍ਹਾ ਆਪ ਉਤਰੇ ਹੈ ਇਸੀ ਜਗ੍ਹਾ ਸੇ ਗਾੜੀਆਂ ਜਾਤੀ ਹੈ, ਆਪ ਜਾ ਸਕਦੇ ਹੋ। ਅਗਰ ਆਪਨੇ ਖੇਤੀ ਸਾਹਿਬ ਕੇ ਦਰਸ਼ਨ ਕਰਨੇ ਹੋ, ਇੱਧਰ ਵਾਪਸ ਆ ਕੇ ਆਪਣੇ ਸ਼ੂਜ਼ ਪਹਿਨ ਕੇ, ਇਹ ਜੋ ਪਿੱਛੇ ਕੀ ਤਰਫ ਸਾਹਮਣੇ ਟਰੈਕ ਜਾ ਰਿਹਾ ਹੈ, ਇਹ ਖੇਤੀ ਸਾਹਿਬ ਕੀ ਤਰਫ ਜਾ ਰਿਹਾ ਹੈ। ਔਰ ਅਗਰ ਆਪਨੇ ਆਪਣੇ ਸ਼ੂਜ਼ ਆਪਣੇ ਜੋੜੇ ਪਹਿਨ ਕੇ ਮਾਰਕੀਟ ਜਾਣਾ ਹੋ, ਇਹ ਜੋ ਸਾਹਮਣੇ ਟਰੈਕ ਜਾ ਰਿਹਾ ਹੈ, ਇਸਦਾ ਵੀ ਸੈਕਿੰਡ ਸਾਈਨ ਬੋਰਡ ਗ੍ਰੀਨ ਕਲਰ ਕਹਿ ਰਹੇ ਹੋ ਨਿਸ਼ਾਨ ਮਾਰਕੀਟ। ਆਪ ਇੱਧਰ ਸੇ ਵੀ ਆਪਣੇ ਸ਼ੂਜ਼ ਪਹਿਨ ਕੇ ਮਾਰਕੀਟ ਜਾ ਸਕਦੇ ਹੈ, ਲੰਗਰ ਹਾਲ ਕੇ ਬਿਲਕੁਲ ਪਾਸ ਹੈ, ਆਪ ਉੱਧਰ ਸੇ ਵੀ ਜਾ ਸਕਦੇ ਹੈ। ਹਮਾਰੀ ਆਸ ਹੈ ਕਿ ਆਪਕਾ ਜਿਤਨਾ ਵੀ ਇੱਧਰ ਟਾਈਮ ਗੁਜ਼ਰੇ, ਅੱਛਾ ਯਾਦਗਾਰ ਗੁਜ਼ਰੇ। ਇੱਕ ਦਫ਼ਾ ਫਿਰ ਪਾਕਿਸਤਾਨ ਅੰਮ੍ਰਿਤਪਾਲ, ਗੁਰਦੁਆਰਾ ਸਾਹਿਬ ਅੰਮ੍ਰਿਤਪਾਲ, ਵੈਲਕਮ, ਖੁਸ਼ ਆਉਂਦੀ ਜੀ। ਧੰਨਵਾਦ। ਸੋ ਪਹਿਲਾ ਕਦਮ ਜੁੜਾ ਕਰ, ਜੁੜੇ ਜਮ੍ਹਾਂ ਕਰਾਈਏ ਅਤੇ ਅੱਗੇ ਗੁਰਦੁਆਰਾ ਸਾਹਿਬ ਵੱਲ ਚੱਲੀਏ। ਸੋ ਜੁੜੇ ਉਤਾਰ ਕੇ ਅਸੀਂ ਨਿਕਲ ਚੁੱਕੇ ਹਾਂ ਜੀ ਬਾਹਰ ਦੀ ਤਰਫ। ਜੋ ਸੰਗਤਾਂ ਰਸਦ ਲੈ ਕੇ ਆਉਂਦੀਆਂ ਹਨ ਭਾਰਤ ਤੋਂ, ਉਹ ਲੰਗਰ ਹਾਲ ਲਈ ਇਸ ਸਥਾਨ 'ਤੇ ਜਮ੍ਹਾਂ ਕੀਤੀਆਂ ਜਾਂਦੀਆਂ ਹਨ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ। ਜੋੜੇ ਉਤਾਰ ਕੇ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਲਈ।
ਤੁਸੀਂ ਵੀ ਪੂਰਾ ਵਲੌਗ ਦੇਖਿਓ। ਵਧੀਆ ਮੂਮੈਂਟ ਹੈ, ਬਹੁਤ ਹੀ ਵਧੀਆ ਫੀਲਿੰਗ ਹੈ ਜਿਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਬਹੁਤ ਵੱਡਾ ਸੁਪਨਾ ਸੀ ਇਸ ਸਥਾਨ 'ਤੇ ਆਉਣ ਦਾ। ਲੋਕ ਮੇਰੀ ਸ਼ੋਪ 'ਤੇ ਆ ਕੇ ਕਰਤਾਰਪੁਰ ਸਾਹਿਬ ਦਾ ਫੋਰਮ ਭਰਵਾਉਂਦੇ ਆ। ਮੈਂ ਹੁਣ ਤੱਕ 200-250 ਸੰਗਤਾਂ ਦਾ, ਲੋਕਾਂ ਦਾ ਫੋਰਮ ਭਰ ਚੁੱਕਾ ਅਤੇ ਹਰ ਵਾਰ ਮੈਨੂੰ ਉਦਾਸ ਹੁੰਦਾ ਸੀ ਅਤੇ ਗੁਰੂ ਸਾਹਿਬ ਜੀ ਨੇ ਇਸ ਵਾਰ ਕਿਰਪਾ ਕੀਤੀ ਅਤੇ ਆਪਣਾ ਫੋਰਮ ਭਰਿਆ ਅਤੇ ਅੱਜ ਪਾਕਿਸਤਾਨ ਆਇਆ ਹਾਂ। ਅਤੇ ਵੀ ਆਪਣੇ ਪੰਜਾਬ ਦਾ ਮੌਸਮ ਹੈ, ਚੜ੍ਹਦੇ ਪੰਜਾਬ ਦਾ। ਸੰਗਤਾਂ ਉੱਧਰੋਂ ਸਰੋਵਰ ਵੱਲੋਂ ਇਸ਼ਨਾਨ ਕਰਕੇ ਆ ਰਹੀਆਂ ਨੇ। ਇਹ ਕਰਤਾਰਪੁਰ ਸਾਹਿਬ ਜੀ ਦਾ ਸੁੰਦਰ ਕੋਰੀਡੋਰ। ਗੁਰਦੁਆਰਾ ਸਾਹਿਬ ਵਿਖੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਚੱਲ ਰਿਹਾ ਹੈ। ਇਸ ਤੋਂ ਬਾਅਦ ਕੀਰਤਨ ਅਤੇ ਅਰਦਾਸ ਹੋਏਗੀ। ਬਹੁਤ ਗਰਮੀ ਹੈ ਅਤੇ ਫਰਸ਼ ਪੂਰੀ ਤਰ੍ਹਾਂ ਗਰਮ ਹੋਇਆ ਪਿਆ ਹੈ ਅਤੇ ਉਹ ਸਾਹਮਣੇ ਮੇਰਾ ਵੀ ਇੱਕ ਪਾਣੀ ਦੇ ਪੈਪ ਨਾਲ ਨਾ ਪਾਣੀ ਡੋਲਦਾ ਪਿਆ ਮੈਟ ਦੇ ਉੱਪਰ, ਕਿਉਂਕਿ ਮੈਟ ਵੀ ਪੂਰੇ ਸੜ ਰਹੇ। ਗੁਰਦੁਆਰਾ ਸਾਹਿਬ ਦੀ ਇਮਾਰਤ ਕੋਲ ਇੱਕ ਅੰਬ ਲੱਗਿਆ ਹੋਇਆ ਅਤੇ ਇੱਕ ਪੁਰਾਣਾ ਦਰਖਤ। ਉਹ ਇਹ ਪੂਰੀ ਜਾਣਕਾਰੀ ਸੀ ਭਾਰਤ ਤੋਂ ਪਾਕਿਸਤਾਨ ਆਉਣ ਦੀ ਅਤੇ ਕੀ ਫੋਰਮੈਲਿਟੀਜ਼ ਹੁੰਦੀਆਂ, ਕੀ ਡਾਕੂਮੈਂਟਸ ਚਾਹੀਦੇ ਹੁੰਦੇ ਆ। ਅਗਲੀ ਵੀਡੀਓ ਵਿੱਚ ਕਰਾਂਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਅਤੇ ਉੱਤੇ ਦਾ ਇਤਿਹਾਸ ਸਰਵਣ ਕਰਾਂਗੇ। ਬਣੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।